ਚੁਣਾ ਖਤਮ ਹੁੰਦੇ ਵੀ ਪੰਜਾਬ ਦੀ ਜਨਤਾ ਤੇ ਮਹਿੰਗਾਈ ਦਾ ਕਹਿਰ ਵੇਖਣ ਨੂੰ ਮਿਲ ਰਿਹਾ। ਤਾਂ ਮਹਿੰਗਾਈ ਦੀ ਮਾਰ ਇੱਥੇ ਵੇਖਣ ਨੂੰ ਮਿਲ ਰਹੀ ਹੈ। ਤਾਂ ਦੱਸ ਦਈਏ ਕਿ ਇੱਥੇ ਬਿਜਲੀ ਦਰਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਤਾਂ ਚੁਣਾ ਖਤਮ ਹੁੰਦੇ ਹੀ ਬਿਜਲੀਆਂ ਦੀਆਂ ਦਰਾਂ ਦੇ ਵਿੱਚ ਇੱਥੇ ਵਾਧਾ ਕਰ ਦਿੱਤਾ ਗਿਆ। ਤਾਂ ਸਿੱਧਾ ਰੁਖ ਕਰ ਰਹੇ ਨੇ ਸਾਡੇ ਸਹਿਯੋਗੀ ਰਵਿੰਦਰ ਮੀਤ ਸਾਡੇ ਨਾਲ ਬਣੇ ਹੋਏ ਨੇ। ਜੀ ਰਵਿੰਦਰ, ਇੱਥੇ ਚੋਣਾਂ ਖਤਮ ਹੁੰਦੇ ਹੀ ਪੰਜਾਬ ਦੇ ਲੋਕਾਂ ਨੂੰ ਹੁਣ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ। ਬਿਲਕੁਲ, ਦੇਖੋ ਘਰੇਲੂ ਖਪਤ ਅਤੇ ਇੰਡਸਟਰੀ ਦੀ ਖਪਤ ਦੋਨੇ ਜਿਹੜੇ ਬਿਜਲੀ ਦੀਆਂ ਦਰਾਂ ਹੈਗੀਆਂ, ਟੈਰਿਫ ਹੈਗੀਆਂ, ਉਹਨਾਂ ਦੇ ਵਿੱਚ ਵਾਧਾ ਕੀਤਾ ਗਿਆ। ਅਗਰ 2 ਕਿਲੋਵਾਟ ਤੱਕ ਦੀ ਗੱਲ ਕਰੀਏ ਤਾਂ 10 ਪੈਸੇ ਤੱਕ ਵਾਧਾ ਹੋ ਗਿਆ। ਇਸ ਤੋਂ ਇਲਾਵਾ ਅਗਰ 2 ਕਿਲੋਵਾਟ ਤੋਂ ਲੈ ਕੇ 7 ਕਿਲੋਵਾਟ ਤੱਕ 12 ਪੈਸੇ ਦਾ ਵਾਧਾ ਹੋਇਆ। ਤਾਂ ਇੰਡਸਟਰੀ ਦੀ ਗੱਲ ਕਰੀਏ ਤਾਂ ਇੰਡਸਟਰੀ ਦੀ ਜਿਹੜੀ ਯੂਨਿਟ ਹੈ ਪ੍ਰਤੀ ਯੂਨਿਟ, ਉਹਦੇ ਵਿੱਚ 15 ਪੈਸੇ ਵਾਧਾ ਹੋਇਆ। ਤਾਂ ਜ਼ਾਹਿਰ ਤੌਰ 'ਤੇ ਲੋਕਾਂ ਦੀ ਜੇਬ ਦੇ ਉੱਤੇ ਅਸਰ ਪੈਣ ਜਾ ਰਿਹਾ, ਬਿਜਲੀ ਦੇ ਬਿੱਲਾਂ ਦੇ ਉੱਤੇ ਝਟਕੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਣਗੇ। ਹਾਲਾਂਕਿ ਅਗਰ ਇੰਪਲੀਮੈਂਟੇਸ਼ਨ ਦੀ ਗੱਲ ਕਰੀਏ ਤਾਂ 16 ਜੂਨ ਤੋਂ ਇਹ ਜਿਹੜੇ ਆਰਡਰ ਹੈਗੇ ਆ, ਨਵੀਂ ਨੋਟੀਫਿਕੇਸ਼ਨ, ਨਵੇਂ ਟੈਰਿਫ, ਇਹ ਇੰਪਲੀਮੈਂਟ ਹੋ ਜਾਣਗੇ ਅਤੇ 31 ਮਾਰਚ 2025 ਤੱਕ ਇਹ ਲਾਗੂ ਰਹਿਣਗੇ। ਉਸ ਤੋਂ ਬਾਅਦ ਤਬਦੀਲ ਕੀਤੇ ਜਾ ਸਕਦੇ ਆ। ਤਾਂ ਇੱਕ ਤਰੀਕੇ ਨਾਲ ਕਹਿ ਲਓ ਕਿ ਲੋਕ ਸਭਾ ਚੋਣਾਂ ਦੇ ਜੋ ਹੀ ਨਤੀਜੇ ਆਏ, ਉਸ ਤੋਂ ਬਾਅਦ ਲੋਕਾਂ ਦੀ ਜੇਬ ਦੇ ਉੱਤੇ ਇੱਕ ਵੱਡਾ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ। ਇਸ ਤੋਂ ਪਹਿਲਾਂ ਵੀ ਅਗਰ ਗੱਲ ਕਰੀਏ ਤਾਂ ਪਹਿਲਾਂ ਜਿਹੜੇ ਟੋਲ ਪਲਾਜ਼ੇ ਸੀਗੇ ਉਹਨਾਂ ਦੇ ਰੇਟਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਸੀ, ਉਹਨਾਂ ਦੇ ਟੈਰਿਫ ਵਧਾਏ ਗਏ ਸੀ, 10% ਤੱਕ ਉਹਨਾਂ ਦਾ ਜਿਹੜਾ ਟੈਰਿਫ ਆ ਵੱਧ ਚੁੱਕਿਆ ਸੀ। ਤਾਂ ਹੁਣ ਬਿਜਲੀ ਦੇ ਰੇਟਾਂ ਦੇ ਵਿੱਚ ਵਾਧਾ ਹੋਣਾ ਕਿਤੇ ਨਾ ਕਿਤੇ ਲੋਕਾਂ ਦੀ ਜੇਬ ਉੱਤੇ ਭਾਰੀ ਅਸਰ ਪੈਂਦਾ ਹੋਇਆ ਅਨਾਮਿਕਾ ਦਿਖ ਰਿਹਾ। ਜੀ ਬਿਲਕੁਲ ਰਵਿੰਦਰ, ਜਿਸ ਕਦਰ ਸੋਨਾ ਖਤਮ ਹੋਈ ਹੈ, ਹਾਲਾਂਕਿ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ, ਪਹਿਲਾਂ ਟੋਲ ਟੈਕਸ ਦੇ ਰੇਟ ਵਧਾ ਦਿੱਤੇ ਗਏ, ਹੁਣ ਬਿਜਲੀ ਦਰਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ, ਤੇ ਇੱਥੇ ਲੋਕ ਹੁਣ ਕਾਫੀ ਮਹਿੰਗਾਈ ਦੀ ਮਾਰ ਵੇਖਣ ਨੂੰ ਮਿਲੂਗੀ ਉਹਨਾਂ ਤੇ। ਦੇਖੋ, ਜ਼ਾਹਿਰ ਤੌਰ 'ਤੇ ਮਹਿੰਗਾਈ ਦੀ ਮਾਰ ਤਾਂ ਹੋਏਗੀ। ਇੱਕ ਪਾਸੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਮੁਫਤ ਬਿਜਲੀ ਦੇ ਰਹੇ ਹਾਂ, 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣ ਦੀ ਗੱਲਬਾਤ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, 600 ਯੂਨਿਟ 2 ਮਹੀਨਿਆਂ ਦਾ ਮਾਫ਼ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬਿਜਲੀ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਨਹੀਂ ਆ ਰਹੀ, ਵੱਡੇ ਵੱਡੇ ਲੰਬੇ ਲੰਬੇ ਕੱਟ ਲੱਗ ਰਹੇ ਆ, ਉਹਦੇ ਕਰਕੇ ਲੋਕ ਬੇਹਾਲ ਹੈ। ਅਤੇ ਹੁਣ ਤੀਜੀ ਗੱਲ ਇਹ ਹੈਗੀ ਹੈ ਕਿ ਹੁਣ ਟੈਰਿਫ ਜਿਹੜੇ ਆ ਵਧਣ ਦੇ ਕਰਕੇ ਲੋਕਾਂ ਦੀ ਜੇਬ 'ਤੇ ਵੀ ਅਸਰ ਪਏਗਾ। ਪਹਿਲਾਂ ਗਰਮੀ ਦਾ ਅਸਰ ਲੋਕਾਂ ਦੇ ਉੱਤੇ ਦਿਖ ਰਿਹਾ ਸੀ, ਹਾਹਾਕਾਰ ਮੱਚੀ ਹੋਈ ਆ, ਲਗਾਤਾਰ ਪੰਜਾਬ ਦੇ ਵਿੱਚ ਕੱਟ, ਵੱਡੇ ਵੱਡੇ ਜਿਹੜਾ ਡੋਮੈਸਟਿਕ ਬਿਜਲੀ ਜਿਹੜੀ ਹੈਗੀ ਆ ਉਹਦੇ ਵਿੱਚ ਲੱਗ ਰਹੇ ਨੇ, ਘਰਾਂ ਦੇ ਵਿੱਚ ਲੋਕ ਪਰੇਸ਼ਾਨ ਨੇ, ਗਰਮੀ ਦੇ ਨਾਲ ਬੇਹਾਲ ਨੇ, ਕਈ ਵਾਰ ਮੋਟਰ ਚਲਾਉਣੀ ਪੈਂਦੀ ਆ ਪਾਣੀ ਦੇ ਲਈ, ਕਿਉਂਕਿ ਪਾਣੀ ਜਿਹੜਾ ਪੀਣ ਵਾਲਾ ਘਰਾਂ ਦੇ ਵਿੱਚ ਆਉਂਦਾ, ਕਈ ਜਗ੍ਹਾ 'ਤੇ ਸਿੱਧਾ ਨਹੀਂ ਚੜ੍ਹਦਾ, ਅਤੇ ਉਹਦੇ ਕਰਕੇ ਮੋਟਰ ਚਲਾਉਣੀ ਪੈਂਦੀ ਆ। ਤਾਂ ਉਹਦੇ ਕਰਕੇ ਬਿਜਲੀ ਕਈ ਵਾਰ ਜਦ ਨਹੀਂ ਆਉਂਦੀ ਤਾਂ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਬੱਬ ਜਿਹੜਾ ਬਣਦਾ, ਲੋਕਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ। ਤਾਂ ਹੁਣ ਇੱਕ ਹੋਰ ਪਰੇਸ਼ਾਨੀ ਲੋਕਾਂ ਦੇ ਲਈ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਕਿ ਬਿਜਲੀ ਦੇ ਰੇਟਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਪ੍ਰਤੀ ਯੂਨਿਟ ਇਜ਼ਾਫਾ ਜਦੋਂ ਹੁੰਦਾ ਤਾਂ ਜ਼ਾਹਿਰ ਤੌਰ 'ਤੇ 2-400-500 ਹਜ਼ਾਰ ਰੁਪਏ ਦਾ ਫਰਕ ਇੱਕ ਬਿੱਲ ਪਿੱਛੇ ਪੈ ਜਾਂਦਾ। ਵੇਖਣ ਨੂੰ ਇਹ 10 ਪੈਸੇ, 12 ਪੈਸੇ ਜਾਂ 15 ਪੈਸੇ ਲੱਗਦੇ ਆ, ਲੇਕਿਨ ਇੰਡਸਟਰੀ ਦੇ ਵਿੱਚ ਜਦੋਂ 1 ਯੂਨਿਟ ਦੇ ਪਿੱਛੇ 15 ਪੈਸੇ ਦਾ ਫਰਕ ਪੈਂਦਾ ਤਾਂ ਉਦੋਂ ਹਜ਼ਾਰਾਂ ਲੱਖਾਂ ਦੇ ਵਿੱਚ ਵੀ ਜਿਹੜਾ ਬਿੱਲ ਹੈਗਾ ਉਹਦਾ ਫਰਕ ਪੈ ਜਾਂਦਾ। ਤਾਂ ਇਹ ਹਾਲ ਫਿਲਹਾਲ ਡੋਮੈਸਟਿਕ ਅਤੇ ਜਿਹੜੀ ਇੰਡਸਟਰੀ ਦੀ ਬਿਜਲੀ ਆ ਦੋਨਾਂ ਦੇ ਟੈਰਿਫ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਹਾਲਾਂਕਿ ਲੋਕ ਇਸ 'ਤੇ ਕੀ ਰਿਐਕਟ ਕਰਦੇ ਨੇ, ਓਪੋਜੀਸ਼ਨ ਪਾਰਟੀਆਂ ਕੀ ਰਿਐਕਟ ਕਰਦੀਆਂ, ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਨਤੀਜਿਆਂ ਤੋਂ ਬਾਅਦ ਇਸ ਤਰੀਕੇ ਨਾਲ ਟੈਰਿਫ ਦੇ ਵਿੱਚ ਵਾਧਾ ਹੋਣਾ, ਕਿਤੇ ਨਾ ਕਿਤੇ ਲੋਕ ਜ਼ਿਆਦਾ ਇਹਦੇ ਨਾਲ ਜਿਹੜਾ ਹਰਟ ਹੋ ਜਾਂਦੇ, ਕਈ ਵਾਰ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ ਕਿ ਲੋਕ ਸਭਾ ਚੋਣਾਂ ਬੀਤਦੇ ਸਾਰ ਸਾਡੇ ਨਾਲ ਇਸ ਤਰੀਕੇ ਦਾ ਸਾਡੇ ਲਈ ਫੈਸਲਾ ਲਿਆ ਗਿਆ, ਤਾਂ ਉਹਦੇ ਨਾਲ ਲੋਕ ਕਈ ਵਾਰੀ ਜ਼ਿਆਦਾ ਪਰੇਸ਼ਾਨ ਹੁੰਦੇ ਨੇ। ਤਾਂ ਹਾਲ ਫਿਲਹਾਲ ਇਹ ਜਿਹੜਾ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਵੱਲੋਂ, PSPCL ਵੱਲੋਂ, ਤਾਂ ਹੁਣ ਇਹ ਫੈਸਲੇ ਦੇ ਉੱਤੇ ਲੋਕ ਕਿਸੇ ਤਰ੍ਹਾਂ ਰਿਐਕਟ ਕਰਦੇ ਇਹ ਦੇਖਣ ਵਾਲੀ ਗੱਲ ਹੋਏਗੀ, ਲੇਕਿਨ ਹਾਲ ਫਿਲਹਾਲ ਇੱਕ ਵੱਡਾ
ਵੱਡਾ ਫੈਸਲਾ ਜਿਹੜਾ ਜ਼ਰੂਰ ਲਿਆ ਗਿਆ ਟੈਰਿਫ ਵਾਧਾ ਕਰਕੇ। ਬਿਲਕੁਲ ਰਵਿੰਦਰ, ਜਿਸ ਕਦਰ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਵਾਅਦੇ ਕੀਤੇ ਜਾਂਦੇ ਸੀ ਮੁਫ਼ਤ ਬਿਜਲੀ ਦੇ, ਪਰ ਉਸਦੇ ਬਾਵਜੂਦ ਵੀ ਕਈ ਲੋਕਾਂ ਨੂੰ ਬਿਜਲੀਆਂ ਦਾ ਜੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਬਿਨਾਂ ਬਿਜਲੀ ਤੋਂ ਦਿਨ ਕੱਟਣੇ ਪਏ ਆ ਗਰਮੀ ਦੇ ਦਿਨਾਂ ਦੇ ਵਿੱਚ ਵੀ, ਤਾਂ ਉੱਥੇ ਹੀ ਇੱਕ ਹੋਰ ਇੱਥੇ ਵਾਧਾ ਕਰ ਦੇਣਾ ਆਪਣੇ ਆਪ ਦੇ ਵਿੱਚ ਕਾਫ਼ੀ ਮੁਸ਼ਕਲਾਂ ਦੇ ਦਿਨ ਹੁਣ ਖੜ੍ਹੇ ਨਜ਼ਰ ਆ ਰਹੇ ਨੇ ਕਿ ਇੱਕ ਪਾਸੇ ਗਰਮੀ ਦਾ ਵੀ ਕਹਿਰ ਵੇਖਣ ਨੂੰ ਮਿਲ ਰਿਹਾ। ਬਿਲਕੁਲ, ਦੇਖੋ ਗਰਮੀ ਦਾ ਕਹਿਰ ਤਾਂ ਹੈ ਹੀ ਆ, ਨਾਲ ਨਾਲ ਝੋਨੇ ਦੀ ਬਿਜਾਈ ਵੀ 11 ਜੂਨ ਤੋਂ ਸ਼ੁਰੂ ਹੋ ਚੁੱਕੀ ਆ। ਖੇਤਾਂ ਦੇ ਲਈ ਬਿਜਲੀ ਚਾਹੀਦੀ ਹੈ, ਇੰਡਸਟਰੀ ਲਈ ਬਿਜਲੀ ਚਾਹੀਦੀ ਆ, ਘਰੇਲੂ ਖਪਤ ਦੇ ਲਈ ਬਿਜਲੀ ਚਾਹੀਦੀ ਆ। ਬਿਜਲੀ ਤਾਂ ਹਰ ਪਾਸੇ ਚਾਹੀਦੀ ਆ ਕਿਉਂਕਿ ਗਰਮੀ ਬੇਹੱਦ ਜ਼ਿਆਦਾ ਹੈਗੀ ਆ, ਉੱਤੋਂ ਸੀਜ਼ਨ ਝੋਨੇ ਦਾ ਹੈਗਾ, ਤਾਂ ਉਹਦੇ ਕਰਕੇ ਗਰਮੀ ਦੇ ਵਿੱਚ ਜ਼ਿਆਦਾ ਬਿਜਲੀ ਦੀ ਖਪਤ ਹਰ ਜਗ੍ਹਾ 'ਤੇ ਹੁੰਦੀ ਆ ਕਿਉਂਕਿ ਏਸੀ ਚੱਲਦੇ ਨੇ ਘਰਾਂ ਦੇ ਵਿੱਚ, ਕੂਲਰ ਚੱਲਦੇ ਨੇ, ਤਾਂ ਹਰ ਜਗ੍ਹਾ 'ਤੇ ਬਿਜਲੀ ਦੀ ਜ਼ਰੂਰਤ ਹੈ ਹੀ। ਜੀ ਅਰਸ਼ਦੀਪ ਜੀ, ਜਿਸ ਕਦਰ ਇੱਥੇ ਚੋਣਾਂ ਤੋਂ ਬਾਅਦ ਸਿੱਧਾ ਹੀ ਬਿਜਲੀ ਦੇ ਇਦਾਰਿਆਂ ਦੇ ਵਿੱਚ ਇੱਥੇ ਵਾਧਾ ਕਰ ਦਿੱਤਾ ਗਿਆ, ਕੀ ਕੁਝ ਕਹਿਣਾ ਤੁਹਾਡਾ? ਨਹੀਂ ਦੇਖੋ ਜੀ, ਇੱਥੋਂ ਹੀ ਤਾਂ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੁੰਦਾ। ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾਅਵਾ ਤਾਂ ਕਰਦੀ ਹੈ ਕਿ ਅਸੀਂ ਲੋਕ ਪੱਖੀ ਹਾਂ, ਪਰ ਜਿੱਦਣ ਦੇ ਇਹ ਪਾਵਰ ਦੇ ਵਿੱਚ ਆਏ ਨੇ, ਇਹਨਾਂ ਨੇ ਪੰਜਾਬ ਤੇ ਪੰਜਾਬੀਆਂ ਦਾ ਖੂਨ ਹੀ ਚੂਸਿਆ। 70,000 ਕਰੋੜ ਦਾ ਕਰਜ਼ਾ ਅਰਵਿੰਦ ਕੇਜਰੀਵਾਲ ਦੀ ਐਸ਼ਪ੍ਰਸਤੀ ਤੇ ਇਹਨਾਂ ਨੇ ਲੁਟਾਇਆ। ਪੰਜਾਬ ਦੇ ਵਿੱਚ ਮੁਫ਼ਤ ਬਿਜਲੀ ਕਹਿ ਕੇ, ਉਹੀ ਪੈਟਰੋਲ ਤੇ ਡੀਜ਼ਲ ਦੇ ਰੇਟਾਂ 'ਚ 2-3 ਦਿਨ ਤੇ ਵਾਧਾ ਕਰਕੇ ਉਧਰੋਂ ਪੈਸਾ ਆਪਣੀ ਜੇਬਾਂ ਦੇ ਵਿੱਚ ਪਾਇਆ, ਤੇ ਹੁਣ ਇਲੈਕਸ਼ਨ ਨਿਕਲਦੇ ਸਾਰ ਬਿਜਲੀ ਦੇ ਰੇਟਾਂ ਦੇ ਵਿੱਚ ਵਾਧਾ ਕਰਤਾ। ਸੋ ਇਹ ਜਿਹੜੇ ਲੋਕ ਨੇ, ਇਹਨਾਂ ਦੀ ਸੀਰਤ ਦੇ ਵਿੱਚ ਹੀ ਠੱਗੀ ਮਾਰਨਾ। ਸੋ ਇਹ ਪੰਜਾਬ ਨੂੰ ਪੈਰ ਪੈਰ ਤੇ ਠੱਗੀ ਰਹੇ ਨੇ। ਮੁਫ਼ਤ ਛੱਡੋ, ਬਿਜਲੀ ਦੇ ਤਾਂ ਦਿਓ। ਅੱਜ ਪੰਜਾਬ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੜੀ ਮਿਹਨਤ ਤੇ ਮੁਸ਼ਕਤ ਦੇ ਨਾਲ ਪਾਵਰ ਸਰਪਲਸ ਸੂਬਾ ਬਣਾਇਆ ਸੀ, ਅੱਜ ਇਹ ਹਾਲਾਤ ਨੇ ਕਿ 6-6, 7-7 ਘੰਟੇ ਦੇ ਕੱਟ ਲੱਗ ਰਹੇ ਨੇ। ਬਿਜਲੀ ਬੋਰਡ ਘਾਟੇ ਦੇ ਵਿੱਚ ਜਾ ਰਿਹਾ, ਰਿਪੇਅਰ ਹੋ ਨਹੀਂ ਰਹੀ, ਕਦੇ ਟ੍ਰਾਂਸਫਾਰਮ ਸੜ ਜਾਂਦਾ, ਕਦੇ ਤਾਰਾਂ ਡਾਊਨ ਹੋ ਜਾਂਦੀਆਂ ਨੇ। ਸੋ ਇਹਨਾਂ ਨੇ ਤਾਂ ਜਿਹੜਾ ਆਲਰੇਡੀ ਖੜਾ ਇਨਫਰਾਸਟ੍ਰਕਚਰ ਸੀ ਉਹ ਵੀ ਤਹਿਸ ਨਹਿਸ ਕਰਤਾ। ਇਹ ਤਾਂ ਸਿਰਫ ਤੇ ਸਿਰਫ ਲੋਕਾਂ ਨੂੰ ਲੁੱਟ ਕੇ ਆਪਣੇ ਘਰ ਭਰਨ ਤੇ ਲੱਗੀ ਹੋਈ ਹੈ ਸਰਕਾਰ। ਬਿਲਕੁਲ, ਜਿਸ ਕਦਰ ਹਾਲਾਂਕਿ ਲਗਾਤਾਰ ਕਿਹਾ ਵੀ ਜਾਂਦਾ ਸੀ ਸਰਕਾਰ ਦੇ ਵੱਲੋਂ ਕਿ ਕਾਫੀ ਬਿਹਤਰ ਜੋ ਕਿ ਸੇਵਾਵਾਂ ਦਿੱਤੀਆਂ ਜਾਣਗੀਆਂ, ਪਰ ਉਸਦੇ ਉਲਟ ਹੀ ਸਭ ਕੁਝ ਨਜ਼ਰ ਆ ਰਿਹਾ ਚੋਣਾਂ ਤੋਂ ਬਾਅਦ। ਬਿਲਕੁਲ ਜੀ, ਮੈਂ ਤਾਂ ਬਾਰ ਬਾਰ ਕਹਿੰਦਾ ਕਿ ਇਹ ਸਿਰਫ ਤੇ ਸਿਰਫ ਇਹਨਾਂ ਦਾ ਮਕਸਦ ਪੰਜਾਬੀਆਂ ਦੇ ਨਾਲ ਠੱਗੀ ਮਾਰਨਾ, ਝੂਠ ਬੋਲਣਾ, ਚਾਹੇ ਉਹ ਮਹਿਲਾਵਾਂ ਦੇ ਨਾਲ ਝੂਠ ਬੋਲਣਾ ਹੋਵੇ, ਚਾਹੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਹੋਵੇ, ਚਾਹੇ ਲਾਅ ਐਂਡ ਆਰਡਰ ਖਤਮ ਕਰਨਾ ਹੋਵੇ, ਚਾਹੇ 70,000 ਕਰੋੜ ਦਾ ਕਰਜ਼ਾ ਚੜਾਉਣਾ ਹੋਵੇ, ਇਹਨਾਂ ਦਾ ਇੱਕ ਵੀ ਕਦਮ ਲੋਕਾਂ ਦੇ ਵਿਕਾਸ ਵੱਲ ਨਹੀਂ ਗਿਆ। ਇਹਨਾਂ ਦਾ ਹਰ ਇੱਕ ਕਦਮ ਆਪਣੀਆਂ ਜੇਬਾਂ ਭਰਨ ਤੇ ਆਪਣੇ ਪਰਿਵਾਰਾਂ ਦੇ ਵਿਕਾਸ ਵੱਲ। ਬਿਲਕੁਲ, ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਲੇਸ਼ ਜੀ ਆਪਣਾ ਪੱਖ ਰੱਖਣ ਦੇ ਲਈ। ਤਾਂ ਇੱਥੇ ਦੱਸ ਦਈਏ ਕਿ ਬਿਜਲੀ ਦੀ ਦਰਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ, ਤਾਂ 16 ਜੂਨ ਤੋਂ ਇਹ ਵਧੀਆਂ ਦਰਾਂ ਲਾਗੂ ਹੋ ਜਾਣਗੀਆਂ। ਤਾਂ ਇਸ ਵੇਲੇ ਦੀ ਵੱਡੀ ਤਾਂ ਇੱਥੇ ਸਾਡੇ ਨਾਲ ਅਨਿਲ ਸਰੀਨ, ਬੀਜੇਪੀ ਆਗੂ ਵੀ ਸਾਡੇ ਨਾਲ ਬਣੇ ਹੋਏ ਨੇ। ਜੀ ਸਰੀਨ ਜੀ, ਤੁਹਾਡੇ ਨਾਲ ਗੱਲਬਾਤ ਕਰਦੇ ਆ, ਜਿਸ ਕਦਰ ਹੁਣ ਚੋਣਾਂ ਤੋਂ ਬਾਅਦ ਸਿੱਧਾ ਹੀ ਪੰਜਾਬ ਸਰਕਾਰ ਦੇ ਵੱਲੋਂ ਇਹ ਬਿਜਲੀ ਦੀ ਦਰਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ, ਕੀ ਕੁਝ ਤੁਹਾਡਾ ਪੱਖ ਹੈ? ਸਤਿ ਸ਼੍ਰੀ ਅਕਾਲ। ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਨੂੰ ਐਸੀ ਇੱਕ ਨਿਕੰਮੀ ਔਰ ਨਿਠੱਲੀ ਸਰਕਾਰ ਪੱਲੇ ਪੈ ਗਈ ਹੈ, ਜਿਹਦਾ ਨਾ ਕੋਈ ਵਿਜ਼ਨ ਹੈ ਨਾ ਕੁਛ ਹੈ। ਇੱਕ ਪਾਸੇ ਤਾਂ ਰੌਲਾ ਪਾਉਂਦੇ ਨੇ ਅਸੀਂ ਬਿਜਲੀ ਫ੍ਰੀ ਦਿੰਦੇ ਪਏ ਹਾਂ, ਔਰ ਦੂਸਰੇ ਪਾਸੇ ਹਰ ਸਾਲ ਹਰ 6 ਮਹੀਨੇ ਬਾਅਦ ਇਹ ਰੇਟ ਵਧਾਉਂਦੇ ਨੇ, ਅਤੇ ਕਿਹੜੀ ਸਹੂਲੀਅਤ ਦੇ ਰਹੇ ਨੇ ਪੰਜਾਬ ਦੀ ਜਨਤਾ ਨੂੰ? ਔਰ ਅੱਜ ਹਾਲਤ ਇਹ ਹੋ ਗਈ ਹੈ ਕਿ
ਦਿਨ ਦੇ ਵਿੱਚ 12-12 14-14 ਘੰਟੇ ਦੇ ਕੱਟ ਲੱਗ ਰਹੇ ਨੇ। ਕਿਆ ਇਹ ਸਰਕਾਰ ਦੀ ਐਡਮਿਨਿਸਟ੍ਰੇਸ਼ਨ, ਕੀ ਇਹ ਭਗਵੰਤ ਮਾਨ ਦੀ ਸਰਕਾਰ ਜਿਹਨਾਂ ਨੂੰ ਜਿਹਨੇ ਪੰਜਾਬ ਦੀ ਜਨਤਾ ਨਾਲ ਝੂਠੇ ਲਾਰੇ ਲਾ ਕੇ ਝੂਠ ਫਰੇਬ ਦੀ ਰਾਜਨੀਤੀ ਖੇਡ ਕੇ ਉਹਨਾਂ ਤਾਂ ਲੈ ਲਈਆਂ, ਲੇਕਿਨ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਈ ਹਜੇ ਤੱਕ। ਜਿਹੜੇ ਦਰਾਂ ਨੇ ਬੀਜੇਪੀ ਡਿਮਾਂਡ ਕਰਦੀ ਹੈ ਵਾਪਸ ਲੈਣ, ਰਾਧਾ ਜਿਹੜੀ ਪਿਛਲੀ ਵਾਰੀ ਵਧਾਈਆਂ ਸੀ ਇਹਨਾਂ ਨੂੰ ਸਹੂਲਤ ਦੇਣ ਵਾਸਤੇ ਉਸਦੀ ਦਰਾਂ ਨੂੰ ਘਟਾਉਣਾ ਚਾਹੀਦਾ। ਔਰ ਅੱਜ ਹਾਲਤ ਇਹ ਹੋ ਗਈ ਹੈ ਕਿ ਦੇਸ਼ ਦੀ ਸਭ ਤੋਂ ਜ਼ਿਆਦਾ ਦਰਾਂ ਵਾਲੇ ਵਿੱਚ ਜਿਹੜਾ ਹੈਗਾ ਪੰਜਾਬ ਆਉਂਦਾ ਹੈਗਾ। ਸੋ ਇਮੀਡੀਏਟਲੀ ਔਰ ਇਹ ਕਹਿ ਰਹੇ ਨੇ ਕੀਤੀ ਜਾ ਸਕਦੀ। ਜੀ ਜੀ ਸਰਿੰਦਰ ਜੀ, ਜਿਸ ਕਦਰ ਇਸ ਵਾਰ ਵੇਖਣ ਨੂੰ ਮਿਲਿਆ ਲੋਕ ਸਭਾ ਚੋਣਾਂ ਦੇ ਵਿੱਚ, ਭਾਵੇਂ 3 ਸੀਟਾਂ ਹੀ ਆਪ ਦੇ ਵੱਲੋਂ ਜਿੱਤੀਆਂ ਗਈਆਂ, ਪਰ ਇਸ ਵਿਚਕਾਰ ਕਿਤੇ ਲੋਕਾਂ ਦੇ ਵੱਲੋਂ ਮੁਫਤ ਬਿਜਲੀ ਦੇ ਨਾਂ 'ਤੇ ਹੀ ਸੀਟਾਂ ਜਿੱਤੀਆਂ ਗਿਆ ਸੀ, ਅਤੇ ਉਸ ਤੋਂ ਬਾਅਦ ਇੱਕੋਦਮ ਬਿਜਲੀ ਦੇ ਦਰਾਂ ਦੇ ਵਿੱਚ ਵਾਧਾ ਕਰਨਾ, ਅਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਾਫੀ ਪ੍ਰਭਾਵਿਤ ਹੋਣਗੀਆਂ ਇਹਨਾਂ ਨੂੰ ਲੈ ਕੇ। ਮੈਂ ਤਾਂ ਕਹਿ ਰਿਹਾ ਜੀ ਕਿ ਇਹ ਸਿਰਫ ਝੂਠ ਫਰੇਬ ਦੀ ਰਾਜਨੀਤੀ ਕਰਦੇ ਨੇ, ਲੋਕਾਂ ਨੂੰ ਗੁੰਮਰਾਹ ਕਰਨ ਦੀ ਰਾਜਨੀਤੀ ਕਰਦੇ ਨੇ, ਲੋਕਾਂ ਨੂੰ ਮੂਰਖ ਬਣਾਉਣ ਦੀ ਰਾਜਨੀਤੀ ਕਰਦੇ ਨੇ। ਇਹਨਾਂ ਦਾ ਕੋਈ ਜਿਹੜਾ ਹੈਗਾ ਵੈ ਨਾ ਇਹਨਾਂ ਦਾ ਕੋਈ ਸਿਸਟਮ ਹੈਗਾ, ਨਾ ਕੋਈ ਆਈਡੀਓਲੋਜੀ ਹੈ, ਨਾ ਇਹਨਾਂ ਦਾ ਕੁਛ ਹੈਗਾ ਇਹਨਾਂ ਦੇ ਪੱਲੇ, ਔਰ ਸਿਰਫ ਝੂਠ ਫਰੇਬ ਲੋਕਾਂ ਨੂੰ ਜਿਹੜਾ ਹੈਗਾ ਵੈ ਝੂਠੇ ਲੋਲੀਪੋਪ ਦੇਣਾ। ਇਹ ਮੈਂ ਤਾਂ ਪੁੱਛਣਾ ਚਾਹੁੰਦਾ ਕਿੱਥੇ 5 ਰੁਪਏ ਯੂਨਿਟ ਦੀ ਬਿਜਲੀ ਜਿਹੜੀ ਇੰਡਸਟਰੀ ਨੂੰ ਦੇਣੀ ਸੀ ਭਗਵੰਤ ਮਾਨ ਜੀ ਤੱਕ ਨਾ। ਲੋਕਾਂ ਨੂੰ ਕਹਿੰਦੇ ਸੀਗੇ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ ਵੈ ਸਸਤੀ ਦਰਾਂ 'ਤੇ ਬਿਜਲੀ ਦਿਆਂਗੇ, 24 ਘੰਟੇ ਬਿਜਲੀ ਦਿਆਂਗੇ। ਮੈਂ ਜਿਵੇਂ ਪਹਿਲਾਂ ਦੱਸਿਆ ਕਿ ਅੱਜ ਲੁਧਿਆਣੇ ਦੇ ਵਿੱਚ 16 ਘੰਟੇ ਦਾ ਕੱਟ ਸੀਗਾ ਜੀ। ਕੱਲ ਸ਼ਾਮ ਨੂੰ 5 ਵਜੇ ਦੀ ਬਿਜਲੀ ਗਈ ਹੈ, ਸਵੇਰੇ 5 ਵਜੇ ਆਈ ਹੈ ਜੀ, ਔਰ ਕੱਲ ਸਾਰਾ ਦਿਨ ਨਹੀਂ ਆਈ। ਚੌਵੀ ਘੰਟੇ ਦੀ ਬਿਜਲੀ ਦੇ ਰਹੇ ਨੇ, ਔਰ ਸਸਤੀ ਦੇ ਤਾਂ ਆਪਾਂ ਦੇਖ ਰਹੇ ਕਿ ਹਰ ਚੌਥੇ ਦਿਨ ਰੇਟ। ਸੋ ਇਸ ਕਰਕੇ ਜਿਹੜਾ ਹੈਗਾ ਵੈ ਸਰਕਾਰ ਚੱਲਣ ਵਾਲੀ ਕਿ ਲੋਕਾਂ ਨੇ ਹੀ ਹੈਗਾ ਵੈ ਕਿਸ ਦਿਨ ਸੜਕਾਂ ਤੋਂ ਉਤਰ ਕੇ ਥੱਲੇ ਲਾ ਦੇਣਾ। ਬਿਲਕੁਲ ਬਿਲਕੁਲ ਸਰਿੰਦਰ ਜੀ, ਜਿਸ ਕਦਰ ਤੁਸੀਂ ਆਪਣਾ ਪੱਖ ਰੱਖਿਆ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦੱਸ ਦਈਏ ਕਿ ਇੱਥੇ ਹੁਣ ਲਗਾਤਾਰ ਵਿਰੋਧੀਆਂ ਦੇ ਵੱਲੋਂ ਵੀ ਨਿਸ਼ਾਨੇ ਸਾਧੇ ਜਾ ਰਹੇ ਨੇ, ਜਿੱਥੇ ਹੁਣ ਬਿਜਲੀਆਂ ਦਰਾਂ 'ਤੇ ਵਾਧਾ ਕਰ ਦਿੱਤਾ ਗਿਆ ਜੋ 16 ਜੂਨ ਨੂੰ ਲਾਗੂ ਹੋਣਗੀਆਂ ਅਤੇ ਦਰਾਂ, ਤਾਂ ਜਿੱਥੇ ਇੱਕ ਪਾਸੇ ਹੁਣ ਵਿਰੋਧੀ ਵੀ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ, ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ, ਤਾਂ ਬਿਜਲੀ ਦੀਆਂ ਦਰਾਂ 'ਤੇ ਵਾਧਾ ਕਰ ਦਿੱਤਾ ਗਿਆ। ਤਾਂ ਚੋਣਾਂ ਖਤਮ ਹੁੰਦੇ ਹੀ ਇੱਥੇ ਵੱਡਾ ਫੈਸਲਾ, ਪੰਜਾਬ ਦੀ ਜਨਤਾ 'ਤੇ ਮਹਿੰਗਾਈ ਦੀ ਮਾਰ, ਜਿੱਥੇ ਹਾਲਾਂਕਿ ਇੱਕ ਪਾਸੇ ਵਾਅਦੇ ਕਰਦੀ ਨਜ਼ਰ ਆਉਂਦੀ ਸੀ ਸਰਕਾਰ, ਤਾਂ ਉੱਥੇ ਹੁਣ ਚੋਣਾਂ ਤੋਂ ਬਾਅਦ ਬਿਜਲੀ ਦੀਆਂ ਦਰਾਂ 'ਤੇ ਕਾਫੀ ਵਾਧਾ ਕਰ ਦਿੱਤਾ ਗਿਆ। ਤਾਂ 2 ਕਿਲੋਵਾਟ ਤੱਕ ਬਿਜਲੀ ਦਰਾਂ ਦੇ ਵਿੱਚ 10 ਪੈਸੇ ਪ੍ਰਤੀ ਯੂਨਿਟ ਦੇ ਵਿੱਚ ਵਾਧਾ ਕੀਤਾ ਗਿਆ। ਤਾਂ ਦੱਸ ਦਈਏ ਕਿ 2 ਕਿਲੋਵਾਟ ਤੋਂ 7 ਕਿਲੋਵਾਟ ਤੱਕ ਇਹ ਪ੍ਰਤੀ ਯੂਨਿਟ 12 ਪੈਸੇ ਵਧਾਏ ਗਏ ਨੇ। ਤਾਂ ਦੱਸ ਦਈਏ ਕਿ 12 ਪੈਸੇ ਪ੍ਰਤੀ ਯੂਨਿਟ ਵਧਾਏ ਗਏ ਨੇ, ਤਾਂ ਇੰਡਸਟਰੀ ਦੇ ਲਈ ਤਾਂ ਇੱਥੇ 100 KVA ਤੱਕ ਤੇ 15 ਪੈਸੇ ਵਧਾ ਦਿੱਤੇ ਗਏ ਨੇ। ਤਾਂ ਸਿੱਧਾ ਰੁਖ ਕਰ ਰਹੇ ਨੇ ਸਾਡੇ ਸਹਿਯੋਗੀ ਰਵਿੰਦਰ ਮੀਤ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ। ਬਿਲਕੁਲ ਰਵਿੰਦਰ, ਜਿਸ ਕਦਰ ਹਾਲਾਂਕਿ ਲਗਾਤਾਰ ਸਰਕਾਰ ਵਾਅਦੇ ਕਰਦੀ ਨਜ਼ਰ ਆਉਂਦੀ ਸੀ, ਪਰ ਉੱਥੇ ਹੀ ਹੁਣ ਉਲਟ ਨਜ਼ਰ ਆ ਰਿਹਾ, ਤਾਂ ਲੋਕਾਂ ਦੇ ਲਈ ਵੀ ਕਾਫੀ, ਹੁਣ ਕਿਸਾਨਾਂ ਦੇ ਲਈ ਵੀ ਕਾਫੀ ਹੁਣ ਵੱਡੀ ਇਹ ਖਬਰ ਨਜ਼ਰ ਆ ਰਹੀ ਹੈ।
ਬਿਲਕੁਲ ਦੇਖੋ, ਲੋਕਾਂ ਦੇ ਲਈ ਇਹ ਕੋਈ ਰਾਹਤ ਦੀ ਖਬਰ ਨਹੀਂ ਹੈਗੀ, ਲੋਕਾਂ ਲਈ ਇਹ ਚਿੰਤਾ ਵਾਲੀ ਖਬਰ ਹੈਗੀ ਆ, ਕਿਉਂਕਿ ਜਦੋਂ ਬਿਜਲੀ ਦੇ ਬਿੱਲ ਆਉਂਦੇ ਨੇ ਉਹ ਵੀ ਮੋਟੇ ਮੋਟੇ ਜਦੋਂ ਬਿੱਲ ਆਉਂਦੇ ਨੇ ਤਾਂ ਜ਼ਾਹਿਰ ਤੌਰ 'ਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ। ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਘਰੇਲੂ ਬਿਜਲੀ ਜਿਹੜੀ ਆ ਉਹਦੇ ਰੇਟ ਉਹਨਾਂ ਦੇ ਵਿੱਚ 10-12 ਪੈਸੇ ਦਾ ਵਾਧਾ ਕੀਤਾ ਗਿਆ, ਉੱਥੇ ਇੰਡਸਟਰੀ ਦੇ ਵਿੱਚ 15 ਪੈਸੇ ਦਾ ਵਾਧਾ ਕੀਤਾ ਗਿਆ। ਜਦੋਂ ਇੰਡਸਟਰੀ ਦੇ ਵਿੱਚ 15 ਪੈਸੇ ਦਾ ਵਾਧਾ ਹੁੰਦਾ ਤਾਂ ਉਹਦੇ ਨਾਲ ਇਫੈਕਟ ਇਹ ਪੈਂਦਾ ਕਿ ਇੰਡਸਟਰੀ ਦੇ ਵਿੱਚ ਜਿਹੜਾ ਵੀ ਸਮਾਨ ਬਣਾਇਆ ਜਾਂਦਾ, ਜੋ ਵੀ ਪ੍ਰੋਡਕਸ਼ਨ ਕੀਤੀ ਜਾਂਦੀ ਆ, ਉਹਦਾ ਜਦੋਂ ਰੇਟ ਵੱਧਦਾ ਤਾਂ ਉਹ ਵੀ ਅਲਟੀਮੇਟਲੀ ਲੋਕਾਂ 'ਤੇ ਹੀ ਅਸਰ ਪੈਂਦਾ। ਜੇ ਕਿਸੇ ਲੋਹੇ ਦੀ ਫੈਕਟਰੀ ਦੇ ਵਿੱਚ, ਇੰਡਸਟਰੀ ਦੇ ਵਿੱਚ ਜਾਂ ਫਿਰ ਸਟੀਲ ਇੰਡਸਟਰੀ ਦੇ ਵਿੱਚ ਜਾਂ ਕਿਸੇ ਹੋਰ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਜਦੋਂ ਕੋਈ ਚੀਜ਼ ਬਣਾਈ ਜਾਂਦੀ ਆ ਤਾਂ ਅਗਰ ਬਿਜਲੀ ਦੀ ਕੋਸਟ ਵੱਧਦੀ ਆ ਤਾਂ ਉਹ ਕੋਸਟ ਅਲਟੀਮੇਟਲੀ ਉਸ ਪ੍ਰੋਡਕਟ 'ਤੇ ਪੈ ਜਾਂਦੀ ਹੈ, ਅਤੇ ਜਿਹੜਾ ਕਿ ਅਲਟੀਮੇਟਲੀ ਲੋਕਾਂ ਨੇ ਯੂਜ਼ ਕਰਨਾ ਹੁੰਦਾ ਤਾਂ ਉਹਦੇ ਵਿੱਚ ਵੀ ਲੋਕਾਂ ਦਾ ਨੁਕਸਾਨ ਹੀ ਹੋ ਜਾਂਦਾ ਅਲਟੀਮੇਟਲੀ, ਕਿਉਂਕਿ ਇੰਡਸਟਰੀ ਨੇ ਵੀ ਅਗਰ ਬਿਜਲੀ ਦੀ ਖਪਤ ਕਰਨੀ ਆ, ਬਿੱਲ ਜ਼ਿਆਦਾ ਦੇਣੇ ਆ, ਤਾਂ ਉਹਨਾਂ ਨੇ ਲੋਕਾਂ ਤੋਂ ਹੀ ਉਸ ਪ੍ਰੋਡਕਟ ਤੋਂ ਹੀ ਪੈਸੇ ਇਕੱਠੇ ਕਰਦੇ ਆ, ਤਾਂ ਅਲਟੀਮੇਟਲੀ ਚਾਰੇ ਪਾਸੇ ਲੋਕਾਂ ਦੀ ਜੇਬ 'ਤੇ ਹੀ ਅਸਰ ਪੈਂਦਾ। ਤਾਂ ਹੁਣ ਘਰੇਲੂ ਬਿਜਲੀ ਦੇ ਬਿੱਲ ਵੀ ਜ਼ਿਆਦਾ ਆਉਣਗੇ ਅਤੇ ਜਿਹੜਾ ਸਮਾਨ ਹੈਗਾ ਜਿਹੜਾ ਇੰਡਸਟਰੀਆਂ ਦੇ ਵਿੱਚ ਬਣਦਾ ਹੈਗਾ ਉਹ ਵੀ ਮਹਿੰਗਾ ਲੋਕਾਂ ਨੂੰ ਮਿਲੇਗਾ, ਤਾਂ ਇਸੇ ਨਾਲ ਲੋਕ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ, ਕਿਉਂਕਿ ਲਗਾਤਾਰ ਬਿਜਲੀ ਦੇ ਕੱਟ, ਜਿਵੇਂ ਕਿ ਅਕਾਲੀ ਦਲ ਦੇ ਸਪੋਕਸਮੈਨ ਵੱਲੋਂ ਵੀ ਕਿਹਾ ਜਾ ਰਿਹਾ ਕਿ ਲੰਬੇ ਲੰਬੇ ਕੱਟ ਲੱਗ ਰਹੇ ਆ, ਲੋਕ ਪਰੇਸ਼ਾਨ ਹੋ ਰਹੇ ਆ, ਬੀਜੇਪੀ ਵੱਲੋਂ ਵੀ ਇਸੇ ਤਰੀਕੇ ਦੇ ਤਰਕ ਦਿੱਤੇ ਵਿਦ ਐਗਜ਼ਾਮਪਲ ਲੁਧਿਆਣੇ ਦੀ, ਤਾਂ ਲੰਬੇ ਲੰਬੇ ਕੱਟ ਲੱਗ ਰਹੇ ਆ। ਅਸੀਂ ਵੀ ਕੱਲ੍ਹ ਜਦੋਂ ਗੱਲਬਾਤ ਕਰ ਰਹੇ ਸੀ ਲੋਕਾਂ ਦੇ ਨਾਲ ਤਾਂ ਲੋਕ ਇਹ ਗੱਲਬਾਤ ਕਹਿੰਦੇ ਹੋਏ ਨਜ਼ਰ ਆਏ ਕਿ ਬਿਜਲੀ ਦੇ ਬਹੁਤ ਲੰਬੇ ਕੱਟ ਲੱਗਦੇ ਨੇ, ਪਹਿਲਾਂ ਤਾਂ ਬਿਜਲੀ ਆਉਂਦੀ ਨਹੀਂ, ਜੇ ਆਉਂਦੀ ਆ ਤਾਂ ਫਿਰ ਜਿਹੜਾ ਹੈਗਾ ਉਹਦੇ ਬਾਅਦ ਪਾਣੀ ਦੀ ਮੁਸ਼ਕਿਲ ਪੈ ਜਾਂਦੀ ਹੈ ਲੋਕਾਂ ਨੂੰ, ਤਾਂ ਲੋਕ ਚਾਰੇ ਪਾਸੇ ਪਰੇਸ਼ਾਨ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਦੇਖ ਰਹੇ ਨੇ। ਤਾਂ ਹਾਲ ਫਿਲਹਾਲ ਹੁਣ ਲੋਕ ਇਸ 'ਤੇ ਕੀ ਰਿਐਕਟ ਕਰਦੇ ਨੇ, ਹਾਲਾਂਕਿ ਓਪੋਜੀਸ਼ਨ ਪਾਰਟੀਆਂ ਲਗਾਤਾਰ ਰਿਐਕਟ ਜ਼ਰੂਰ ਕਰ ਰਹੀਆਂ, ਲੇਕਿਨ ਲੋਕ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਆ ਇਹ ਵੀ ਦੇਖਣ ਵਾਲੀ ਗੱਲ ਹੋਏਗੀ, ਕਿਉਂਕਿ ਲੋਕ ਪਹਿਲਾਂ ਤਾਂ ਗਰਮੀ ਤੋਂ ਬਹੁਤ ਪਰੇਸ਼ਾਨ ਹੈਗੇ ਨੇ, ਕਿਉਂਕਿ 46-47 ਡਿਗਰੀ ਤੱਕ ਟੈਂਪਰੇਚਰ ਪਹੁੰਚ ਚੁੱਕਿਆ, ਪੰਜਾਬ ਦੇ ਵਿੱਚ ਕਈ ਜਗ੍ਹਾ 'ਤੇ 48-49 ਡਿਗਰੀ ਤੱਕ ਪਹੁੰਚ ਚੁੱਕਿਆ, ਤਾਂ ਲੋਕ ਚਾਰੇ ਪਾਸੇ ਪਰੇਸ਼ਾਨ ਹੈ, ਇੱਕ ਪਾਸੇ ਜਿਹੜੀ ਗਰਮੀ ਦੀ ਮਾਰ ਅਤੇ ਦੂਸਰੇ ਪਾਸੇ ਮਹਿੰਗਾਈ ਦੀ ਮਾਰ, ਤਾਂ ਦੋਨੇ ਪਾਸੇ ਲੋਕ ਪਿਸਦੇ ਹੋਏ ਦਿਖਾਈ ਦੇ ਰਹੇ ਨੇ। ਤਾਂ ਹਾਲ ਫਿਲਹਾਲ ਇਹ ਕਹਿ ਸਕਦੇ ਹਾਂ ਕਿ ਇੱਕ ਬਿਜਲੀ ਦਰਾਂ ਵਧਣ ਦੇ ਨਾਲ, ਟੈਰਿਫ ਵਧਣ ਦੇ ਨਾਲ ਲੋਕਾਂ ਦੇ ਲਈ ਇੱਕ ਹੋਰ ਪਰੇਸ਼ਾਨੀ ਖੜੀ ਜ਼ਰੂਰ ਹੋ ਗਈ ਹੈ। ਜੀ ਬਿਲਕੁਲ ਰਵਿੰਦਰ, ਜਿਸ ਕਦਰ ਹਾਲਾਂਕਿ ਇੱਕ ਸਾਲ ਤੋਂ ਬਾਅਦ ਇਸ ਬਿਜਲੀ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ, ਹਾਲਾਂਕਿ ਜਿਸ ਕਦਰ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਮਹਿੰਗਾਈ ਦੀ ਮਾਰ ਹੁਣ ਸਾਹਮਣੇ ਚੱਲਣੀ ਪਾ ਰਹੀ ਹੈ, ਗਰਮੀ ਦੀ ਮਾਰ ਹੁਣ ਲਗਾਤਾਰ, ਹਾਲਾਂਕਿ ਲੰਬੇ ਲੰਬੇ ਕੱਟ ਵੀ ਨਜ਼ਰ ਆ ਰਹੇ ਨੇ, ਤਾਂ ਪਿੱਛੇ ਹੀ ਕੁਝ ਦਿਨਾਂ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਕਾਫੀ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਸੀ, ਤਾਂ ਉਸ ਵਿਚਕਾਰ ਇਹ ਖਬਰ ਕਾਫੀ ਜੋ ਵੇਖਣ ਨੂੰ ਮਿਲ ਰਹੀ ਹੈ, ਮੁਸ਼ਕਲਾਂ ਦਾ ਹੁਣ ਲੋਕਾਂ ਨੂੰ ਵੀ ਸਾਹਮਣਾ ਕਰਨਾ ਪਊਗਾ। ਬਿਲਕੁਲ ਦੇਖੋ, ਇੱਕ ਹੋਰ ਝਟਕਾ ਲੋਕਾਂ ਨੂੰ ਮਿਲਿਆ, ਜਿਵੇਂ ਅਸੀਂ ਪਹਿਲਾਂ ਜ਼ਿਕਰ ਵੀ ਕਰ ਰਹੇ ਸੀਗੇ ਕਿ ਇਸ ਤੋਂ ਪਹਿਲਾਂ ਜਿਹੜੇ ਟੋਲ ਟੈਕਸ ਹੈ ਉਹਨਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਸੀ, 10% ਤੱਕ ਉਹਨਾਂ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ ਸੀ। ਟੋਲ ਟੈਕਸ ਵੀ ਜਦੋਂ ਵੱਧਦੇ ਆ ਤਾਂ ਅਲਟੀਮੇਟਲੀ ਉਦੋਂ ਵੀ ਟਰਾਂਸਪੋਰਟੇਸ਼ਨ ਦਾ ਖਰਚਾ ਵੱਧਦਾ, ਅਤੇ ਟਰਾਂਸਪੋਰਟੇਸ਼ਨ ਦੇ ਖਰਚੇ ਵਧਣ ਦੇ ਨਾਲ ਜਿਹੜਾ ਢੋਆ ਢੁਆਈ ਦਾ ਸਮਾਨ ਆ ਉਹਦੇ ਵਿੱਚ ਵੀ ਵਾਧਾ ਹੋ ਜਾਂਦਾ, ਉਹਦੇ ਰੇਟਾਂ ਦੇ ਵਿੱਚ ਵਾਧਾ ਹੋ ਜਾਂਦਾ, ਇਜ਼ਾਫਾ ਹੋ ਜਾਂਦਾ ਹੈ। ਯਾਨੀ ਕਿ ਜੋ ਮਰਜ਼ੀ ਕਰ ਲਓ, ਜਿੱਥੋਂ ਮਰਜ਼ੀ ਤੁਸੀਂ ਰੇਟ ਵਧਾ ਲਓ, ਅਲਟੀਮੇਟਲੀ ਬੋਝ ਲੋਕਾਂ ਦੀ ਜੇਬ 'ਤੇ ਹੀ ਪੈਣਾ, ਤਾਂ ਉਹ ਬੋਝ ਹੁਣ ਇੱਕ ਵਾਰ ਫਿਰ ਤੋਂ ਬਿਜਲੀ ਦੇ ਵਧੇ ਹੋਏ ਰੇਟਾਂ ਦੇ ਕਰਕੇ, ਟੈਰਿਫ ਦੇ ਕਰਕੇ ਇੱਕ ਵਾਰ ਫਿਰ ਤੋਂ ਲੋਕਾਂ ਦੀ ਜੇਬ ਦੇ ਉੱਤੇ ਅਸਰ ਪੈਂਦਾ ਹੋਇਆ ਹਾਲ ਫਿਲਹਾਲ ਦਿਖ ਰਿਹਾ। ਤਾਂ ਹੁਣ ਇਹ ਜਿਹੜੇ ਰੇਟ ਵਧੇ ਹੋਏ ਨੇ, ਕੀ ਸਰਕਾਰ ਇਸ ਨੂੰ ਰਿਵਿਊ ਕਰੇਗੀ ਜਾਂ ਇਸ ਨੂੰ ਵਾਪਸ ਲਏਗੀ ਇਸ ਫੈਸਲੇ ਨੂੰ, ਕਿਉਂਕਿ ਓਪੋਜੀਸ਼ਨ ਵੱਲੋਂ ਇਹ ਫੈਸਲਾ ਮੰਗ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਟੈਰਿਫ ਹੈ ਇਹਨਾਂ ਨੂੰ
ਘੱਟ ਕੀਤਾ ਜਾਵੇ, ਪਹਿਲਾਂ ਵਾਲੀ ਦਰਾਂ ਨੂੰ ਲਾਗੂ ਕੀਤਾ ਜਾਵੇ। ਲੇਕਿਨ ਇੱਕ ਵੱਡਾ ਕ੍ਰਾਈਸਿਸ PSBCL ਦੇ ਵਿੱਚ ਵੀ ਹੈਗਾ, ਕਿਉਂਕਿ ਅਗਰ ਮੁਫ਼ਤ ਬਿਜਲੀ ਦੀ ਜਿਹੜੀ ਸਬਸਿਡੀ ਦੀ ਗੱਲ ਕਰੀਏ ਤਾਂ 19,000 ਕਰੋੜ ਰੁਪਏ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ PSBCL ਦਾ ਚੁਕਾਇਆ ਗਿਆ। ਇਸ ਤੋਂ ਇਲਾਵਾ ਹਰ ਸਾਲ ਇੱਕ ਵੱਡੀ ਅਮਾਊਂਟ ਹੈਗੀ ਆ ਜਿਹੜੀ ਸਬਸਿਡੀ ਦੇ ਰੂਪ ਦੇ ਵਿੱਚ PSBCL ਨੂੰ ਦੇਣੀ ਪੈਂਦੀ ਹੈ, ਕਿਉਂਕਿ PSBCL ਨੇ ਬਿੱਲ ਭੇਜ ਦੇਣੇ ਆ, ਉਹ ਪੇ ਕਰਨੇ ਆ ਸਰਕਾਰ ਨੇ, ਤਾਂ ਸਰਕਾਰ ਕਰੇਗੀ ਸਬਸਿਡੀ ਦੇ ਰੂਪ ਦੇ ਵਿੱਚ ਪੇ, ਤਾਂ ਉਹਦੇ ਕਰਕੇ ਸਰਕਾਰ ਦੇ ਖਜ਼ਾਨੇ 'ਤੇ ਵੀ ਅਸਰ ਪੈਂਦਾ। ਖਜ਼ਾਨੇ 'ਤੇ ਜਦੋਂ ਅਸਰ ਪੈ ਜਾਂਦਾ ਤਾਂ ਉਦੋਂ ਜ਼ਾਹਿਰ ਤੌਰ 'ਤੇ ਜਿਹੜੇ ਵਿਕਾਸ ਦੇ ਕੰਮ ਹੈ ਉਹ ਵੀ ਰੁਕ ਜਾਂਦੇ ਆ, ਤਾਂ ਸਰਕਾਰ ਨੂੰ ਚਾਹੀਦਾ ਇਹਦਾ ਕੋਈ ਅਲਟੀਮੇਟਮ ਜਿਹੜਾ ਲੱਭਣਾ ਚਾਹੀਦਾ, ਕੋਈ ਹੋਰ ਹੱਲ ਲੱਭਣਾ ਚਾਹੀਦਾ ਕਿ ਇਸ ਦਾ ਹੱਲ ਕੀ ਕੀਤਾ ਜਾ ਸਕਦਾ, ਰੈਵਨਿਊ ਰਿਸੋਰਸ ਕੀ ਹੈਗੇ ਨੇ, ਰਿਸੋਰਸ ਜਨਰੇਟ ਕਰਨੇ 'ਚ ਪੈਣਗੇ, ਤਾਂ ਇਹ ਤਮਾਮ ਚੀਜ਼ਾਂ ਪੰਜਾਬ ਦੇ ਲਈ ਇੱਕ ਵੱਡੇ ਕ੍ਰਾਈਸਿਸ ਦੇ ਰੂਪ ਦੇ ਵਿੱਚ ਖੜੀਆਂ ਹੁੰਦੀਆਂ ਨੇ। ਅਗਰ ਰੇਟ ਵਧਾਏ ਗਏ ਨੇ ਤਾਂ ਹੋ ਸਕਦਾ ਕਿ ਜਿਹੜੇ ਬਜਟ ਹੈਗਾ ਉਹ ਬਜਟ ਕਾਫੀ ਹਿੱਲ ਗਿਆ ਹੋਵੇ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ 19,000 ਕਰੋੜ ਰੁਪਏ ਦੀ ਸਬਸਿਡੀ PSBCL ਨੂੰ ਦੇਣੀ ਪਈ ਸੀਗੀ, ਤਾਂ ਉਹਦੇ ਕਰਕੇ ਇੱਕ ਵੱਡਾ ਬੋਝ ਜਿਹੜਾ ਲਗਾਤਾਰ ਖਜ਼ਾਨੇ 'ਤੇ ਪੈ ਰਿਹਾ, ਤਾਂ ਹਰ ਫਿਲਹਾਲ ਹੁਣ ਇੱਕ ਵੱਡਾ ਬੋਝ ਲੋਕਾਂ ਦੀ ਜੇਬ 'ਤੇ ਪੈਣਾ ਸ਼ੁਰੂ ਹੋ ਗਿਆ। ਤਾਂ ਹੁਣ ਇਹਦਾ ਰਿਐਕਸ਼ਨ ਲੋਕਾਂ ਦੇ ਵਿੱਚ ਕਿਸ ਤਰੀਕੇ ਦਾ ਹੁੰਦਾ, ਲੋਕ ਕਿਸ ਤਰੀਕੇ ਨਾਲ ਰਿਐਕਟ ਕਰਦੇ ਆ, ਇਹ ਦੇਖਣ ਵਾਲੀ ਗੱਲ ਹੋਏਗੀ। ਬਿਲਕੁਲ ਰਵਿੰਦਰ, ਇਸ ਵਿਚਕਾਰ ਇਹ ਵੀ ਪੁੱਛਣਾ ਚਾਹਾਂਗੇ, ਜਿਸ ਕਦਰ ਇਹ ਬਿਜਲੀ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਕਿ ਗਰੀਬ ਵਰਗ ਦੇ ਲਈ ਕੋਈ ਰਾਹਤ ਇਸ ਵਿਚਕਾਰ, ਕਿ ਉਹਨਾਂ ਨੂੰ ਤਾਂ ਕਾਫੀ ਗਰਮੀ ਦਾ ਵੀ ਵੇਖਣਾ ਪਊਗਾ, ਤੇ ਇੱਥੇ ਬਿਜਲੀ ਦਰਾਂ ਦੇ ਵਿੱਚ ਵਾਧਾ ਤਾਂ ਕਾਫੀ ਵੱਡੀ ਸਮੱਸਿਆ ਉਹਨਾਂ ਦੇ ਲਈ। ਬਿਲਕੁਲ, ਜ਼ਾਹਿਰ ਤੌਰ 'ਤੇ ਜਿਹੜੇ ਗਰੀਬ ਲੋਕ ਹੈਗੇ ਨੇ, ਗਰੀਬ ਵਿਅਕਤੀ ਹੈਗੇ ਨੇ, ਹਾਲਾਂਕਿ ਸਰਕਾਰ ਵੱਲੋਂ 600 ਯੂਨਿਟ ਮਾਫ਼ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ, ਲੇਕਿਨ ਅਗਰ ਬਿੱਲ 600 ਯੂਨਿਟ ਤੋਂ ਜ਼ਿਆਦਾ ਆਉਂਦਾ ਤਾਂ ਫਿਰ ਸਾਰਾ ਬਿੱਲ ਹੀ ਭਰਨਾ ਪੈਂਦਾ, ਤਾਂ ਉਦੋਂ 10 ਪੈਸੇ ਅਗਰ ਜ਼ਿਆਦਾ ਪ੍ਰਤੀ ਯੂਨਿਟ ਦੇ ਵਿੱਚ ਭਰਨੇ ਪਏ, ਜ਼ਿਆਦਾ ਭਰਦੇ ਪਏ, ਤਾਂ ਉਹਦੇ ਨਾਲ ਵੀ ਇੱਕ ਵੱਡਾ ਬੋਝ ਪੈ ਜਾਂਦਾ। ਹਾਲਾਂਕਿ ਓਪੋਜੀਸ਼ਨ ਵੱਲੋਂ ਲਗਾਤਾਰ ਸਵਾਲ ਜ਼ਰੂਰ ਖੜ੍ਹੇ ਕੀਤੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਕਿ ਬਿਜਲੀ ਦੇ ਬਿੱਲ 0 ਨਹੀਂ ਆ ਰਹੇ, ਲੋਕਾਂ ਨੂੰ ਹਜ਼ਾਰਾਂ ਦੇ ਬਿੱਲ ਆ ਰਹੇ ਨੇ, 10-10, 20-20 ਹਜ਼ਾਰ ਦੇ ਬਿੱਲ ਆ ਰਹੇ ਨੇ, ਇਹ ਦਾਅਵੇ ਓਪੋਜੀਸ਼ਨ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਕੀਤੇ ਗਏ ਨੇ, ਲੇਕਿਨ ਸਰਕਾਰ ਵੱਲੋਂ 600 ਯੂਨਿਟ ਮਾਫ਼ ਕਰਨ ਦਾ ਦਾਅਵਾ ਕੀਤਾ ਗਿਆ। ਲੇਕਿਨ ਅਗਰ 600 ਯੂਨਿਟ ਮਾਫ਼ ਕੀਤੀ ਹੈ ਤਾਂ ਫਿਰ ਵੀ ਜਿਹੜੇ 10-10, 12-12 ਘੰਟਿਆਂ ਦੇ ਕੱਟ, 8-10 ਘੰਟਿਆਂ ਦੇ ਕੱਟ ਅਗਰ ਲੱਗਦੇ ਨੇ ਤਾਂ ਲੋਕਾਂ ਨੂੰ ਪਰੇਸ਼ਾਨੀ ਤਾਂ ਫਿਰ ਵੀ ਝੱਲਣੀ ਪੈਂਦੀ ਹੈ, ਤਾਂ ਇਹ ਇੱਕ ਦੂਰੀ ਪਰੇਸ਼ਾਨੀ ਦੇ ਰੂਪ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦੀ ਗੱਲਬਾਤ ਕਿ ਲੋਕ ਪਹਿਲਾਂ ਤਾਂ ਕੱਟਾਂ ਤੋਂ ਪਰੇਸ਼ਾਨ, ਗਰਮੀ ਤੋਂ ਪਰੇਸ਼ਾਨ, ਫਿਰ ਟੈਰਿਫ ਵੱਧ ਆ ਤਾਂ ਉਹਨਾਂ ਦੇ ਬਿਜਲੀ ਦੇ ਬਿੱਲਾਂ ਤੋਂ ਪਰੇਸ਼ਾਨ, ਤਾਂ ਲੋਕਾਂ ਦੀ ਪਰੇਸ਼ਾਨੀ ਤਾਂ ਇਸੇ ਤਰੀਕੇ ਨਾਲ ਵੱਧ ਹੀ ਰਹਿੰਦੀ ਹੈ। ਉਹਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੀ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਇੱਕ ਬੜਾ ਵੱਡਾ ਅਸਰ ਦੇਖਣ ਨੂੰ ਮਿਲਦਾ। ਬਿਲਕੁਲ ਰਵਿੰਦਰ, ਫਿਲਹਾਲ ਥੋੜ੍ਹਾ ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ।